ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਮਰਜੀਤ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ। ਸੋ ਜਿੱਦਾਂ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੀ ਪ੍ਰੈਜ਼ੈਂਟ ਸਿਚੁਏਸ਼ਨ ਹੈ ਪੰਜਾਬ ਦੇ ਵਿੱਚ, ਉਹ ਕਰਫਿਊ ਵੀ ਅੱਜ ਅਪਲਾਈ ਹੋ ਚੁੱਕਾ ਹੈ। ਬਿਕੋਜ਼ ਕੱਲ੍ਹ ਜਿਹੜੀ ਸਾਡੀ ਲੋਕ ਸੀਗੇ ਉਹ ਸਹੀ ਤਰ੍ਹਾਂ ਸਮਝ ਨਹੀਂ ਸਕੇ ਸ਼ਾਇਦ ਪ੍ਰਾਈਮ ਮਿਨਿਸਟਰ ਦੇ ਮੈਸੇਜ ਨੂੰ, ਔਰ ਇਹਦਾ ਰਿਜ਼ਲਟ ਆਇਆ ਕਿ ਅੱਜ ਕਰਫਿਊ ਇੰਪੋਜ਼ਡ ਹੋ ਗਿਆ। ਔਰ ਇਹ ਕਰਫਿਊ ਇੰਪੋਜ਼ਡ ਹੋਣ ਦੇ ਨਾਲ ਜਿਹੜੇ ਵੀ VFS ਸੈਂਟਰ ਸੀਗੇ ਜਲੰਧਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ, ਈਵਨ ਚੰਡੀਗੜ੍ਹ 'ਚ ਜਿੱਥੇ ਆਪਾਂ ਕੈਨੇਡਾ UK ਦੀਆਂ ਫਾਈਲਾਂ ਨੂੰ ਜਮ੍ਹਾਂ ਕਰਵਾਉਂਦੇ ਸੀ, ਉਹ ਸਾਰੇ VFS ਸੈਂਟਰ ਵੀ ਹੁਣ ਬੰਦ ਹੋ ਚੁੱਕੇ ਨੇ। ਸੋ ਉਹਨਾਂ 'ਚੋਂ ਕੁਝ ਵੀ ਨਹੀਂ ਚੱਲ ਰਿਹਾ। ਸੋ ਜਿਹੜੀ ਫਿਜ਼ੀਕਲ ਫਾਈਲ ਹੈ ਅੰਬੈਸੀ ਦੇ ਵਿੱਚ ਲੱਗਣੀ, ਉਹ ਹੁਣ ਨਾਮੁਮਕਿਨ ਹੋ ਚੁੱਕੀ ਹੈ। ਕੈਨੇਡਾ ਦੀ ਫਾਈਲ ਔਨਲਾਈਨ ਸਬਮਿਟ ਹੋ ਸਕਦੀ ਹੈ, ਬਟ ਬਾਇਓਮੈਟ੍ਰਿਕ ਨਹੀਂ ਹੋਣਗੇ। ਸੋ ਜੇ ਬਾਇਓਮੈਟ੍ਰਿਕ ਨਹੀਂ ਹੋਣਗੇ ਤਾਂ ਡੈਫੀਨੇਟਲੀ ਉਹ ਫਾਈਲ 'ਤੇ ਕੋਈ ਕੰਮ ਸਟਾਰਟ ਨਹੀਂ ਹੋ ਸਕਦਾ। ਸੋ ਇਹ ਸਿਚੁਏਸ਼ਨ ਹਜੇ 7 ਦਿਨ ਰਹਿੰਦੀ ਹੈ, 8 ਦਿਨ ਰਹਿੰਦੀ ਹੈ, 10 ਦਿਨ ਰਹਿੰਦੀ ਹੈ। ਇਹ ਡਿਪੈਂਡ ਕਰੇਗਾ ਸਾਡੇ ਆਪਣੇ ਲੋਕਾਂ ਦੇ ਉੱਤੇ, ਸਾਡੇ ਆਪਣੇ ਉੱਤੇ ਕਿ ਅਸੀਂ ਕਿੰਨਾ ਸਮਝਦਾਰੀ ਦੇ ਨਾਲ ਇਸ ਬਿਮਾਰੀ ਨੂੰ, ਇਸ ਆਪਦਾ ਨੂੰ, ਇਸ ਪ੍ਰੋਬਲਮ ਨਾਲ ਫਾਈਟ ਕਰਦੇ ਹਾਂ। ਸੋ ਇੱਕ ਤਾਂ ਮੇਰੀ ਇਹ ਜਨਰਲ ਰਿਕੁਐਸਟ ਹੈ ਸਾਰੇ ਦੋਸਤਾਂ ਨੂੰ ਕਿ ਪਲੀਜ਼ ਥੋੜ੍ਹਾ ਜਿਹਾ ਪੇਸ਼ੈਂਸ ਬਣਾ ਕੇ ਰੱਖੋ। ਇਹਦੇ ਤੋਂ ਡਰਨ ਦੀ ਲੋੜ ਨਹੀਂ ਹੈ, ਧਿਆਨ ਰੱਖਣ ਦੀ ਜ਼ਿਆਦਾ ਲੋੜ ਹੈ। ਸੋ ਜ਼ਿਆਦਾ ਤੋਂ ਜ਼ਿਆਦਾ ਅੰਦਰ ਰਹੋ, ਪਰਿਵਾਰ ਦੇ ਨਾਲ ਰਹੋ। ਬਾਹਰ ਜਿਹੜਾ ਕੰਟੈਕਟ ਹੈ ਉਹ ਮਿਨੀਮਮ ਟੂ ਮਿਨੀਮਮ ਕੀਤਾ ਜਾਵੇ, ਔਰ ਹੋ ਸਕੇ ਤੁਹਾਨੂੰ ਬੰਦ ਕਰ ਦਿੱਤਾ ਜਾਵੇ ਤਾਂ ਉਹ ਜ਼ਿਆਦਾ ਵਧੀਆ ਕੁਛ ਦੇਰ ਦੇ ਲਈ, ਕਿਉਂਕਿ ਜਿੰਨੀ ਜਲਦੀ ਆਪਾਂ ਇਹਦੇ 'ਚੋਂ ਬਾਹਰ ਆਉਣਾ ਚਾਹੁੰਦੇ ਹਾਂ ਉਹ ਤਾਂ ਹੀ ਪੋਸੀਬਲ ਹੈ ਜਿੰਨਾ ਅਸੀਂ ਆਪਣਾ ਧਿਆਨ ਰੱਖਾਂਗੇ। ਔਰ ਗੌਰਮੈਂਟ ਚਾਹੇ ਪੰਜਾਬ ਦੀ ਹੈ, ਇੰਡੀਆ ਦੀ ਹੈ, ਸਾਰੀ ਐਸੇ ਤੰਤਰ ਜਿੰਨਾ ਵੀ ਹੈਗਾ ਦੇਸ਼ ਦੀ ਜੋ ਵੀ ਚੀਜ਼ਾਂ ਨੇ ਉਹ ਸਭ ਐਸੇ 'ਤੇ ਲੱਗੀਆਂ ਹੋਈਆਂ ਨੇ ਕਿ ਇਸ ਬਿਮਾਰੀ ਨਾਲ ਬੜੀ ਸਟਰੈਂਥ ਦੇ ਨਾਲ ਅਸੀਂ ਲੜੀਏ ਔਰ ਅਸੀਂ ਬਾਕੀ ਕੰਟਰੀਆਂ ਨਾਲੋਂ ਬੈਟਰ ਪਰਫਾਰਮ ਕਰੀਏ। ਔਰ ਜਿੱਦਾਂ ਕਿ ਇਟਲੀ 'ਚ ਆਪਾਂ ਦੇਖਦੇ ਹਾਂ ਕਿ ਜ਼ਰੂਰਤ ਤੋਂ ਜ਼ਿਆਦਾ ਫੈਲ ਚੁੱਕੀ ਹੈ। ਬਾਕੀ ਜਗ੍ਹਾ 'ਤੇ ਹੁਣ ਸਿਚੁਏਸ਼ਨਾਂ ਹੌਲੀ ਹੌਲੀ ਚਾਈਨਾ ਵੀ ਕੰਟਰੋਲ ਕਰਨ ਲੱਗ ਗਿਆ, ਕੈਨੇਡਾ 'ਚ ਵੀ ਥੋੜ੍ਹੀਆਂ ਚੀਜ਼ਾਂ ਕੰਟਰੋਲ 'ਤੇ ਨੇ, UK ਵੀ ਕਾਫੀ ਕੰਟਰੋਲ 'ਚ ਚੱਲ ਰਿਹਾ। ਸੋ ਇੰਡੀਆ ਨੂੰ ਵੀ ਬਹੁਤ ਅਹਿਤਿਆਤ ਰੱਖਣ ਦੀ ਲੋੜ ਹੈ ਕਿ ਅਸੀਂ ਇੱਥੋਂ 3rd ਸਟੇਜ 'ਚ ਹੈਗੇ ਹਾਂ, ਔਰ 3rd ਸਟੇਜ 'ਚ ਨਾ ਐਂਟਰ ਕਰੀਏ, ਆਲਰੇਡੀ 2nd ਸਟੇਜ 'ਚ ਹੈਗੇ ਹਾਂ ਕਿ ਜਿੱਥੋਂ ਇਹ ਜ਼ਿਆਦਾ ਫੈਲੇ। ਤੋ ਇਸ ਦੇ ਨਾਲ ਨਾਲ ਜਿਹੜੇ ਆਪਣੇ ਮੇਨ ਕੋਰ ਹੁੰਦਾ ਜੀ ਸਟੂਡੈਂਟ ਵੀਜ਼ਾ, ਜਿਹਨੂੰ ਲੈ ਕੇ ਬਹੁਤ ਸਾਰੇ ਡਾਊਟਸ ਹੁੰਦੇ ਨੇ, ਕਨਫਿਊਜ਼ਨਸ ਹੁੰਦੀਆਂ ਨੇ। ਸੋ ਆਹ ਜਿਹੜਾ ਸਮਾਂ ਹੈ ਆਪਾਂ ਇਹਨੂੰ ਪੋਜ਼ੀਟਿਵਲੀ ਯੂਜ਼ ਕਰ ਸਕਦੇ ਹਾਂ। ਕੋਈ ਸ਼ੋਅ ਦੇਖ ਕੇ ਆ ਵੀ ਕਹਿ ਸਕਦਾ ਵੀ ਇਹ ਵੀਜ਼ੇ ਵੇਚ ਰਹੇ ਜਾਂ ਕੁਝ ਕਰ ਰਹੇ, ਬਟ ਇਸ ਟਾਈਮ ਮਕਸਦ ਵੀਜ਼ਾ ਵੇਚਣਾ ਨਹੀਂ ਹੈ, ਔਰ ਨਾ ਹੀ ਇਹ ਮਕਸਦ ਪਹਿਲਾਂ ਕਦੀ YouTube 'ਤੇ ਰਿਹਾ। ਕੋਸ਼ਿਸ਼ ਵੱਧ ਤੋਂ ਵੱਧ ਇਹੀ ਰਹੀ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਅਵੇਅਰ, ਇਨਫੋਰਮਡ, ਨੌਲੇਜਡ ਕੀਤਾ ਜਾ ਸਕੇ ਤਾਂ ਕਿ ਉਹ ਆਪਣੇ ਭਵਿੱਖ ਲਈ ਹਮੇਸ਼ਾ ਸਹੀ ਫੈਸਲੇ ਲੈ ਸਕਣ, ਖਾਸ ਕਰਕੇ ਸਟੱਡੀ ਅਬਰੋਡ ਨੂੰ ਲੈ ਕੇ, ਜਿਹਦੇ 'ਚ ਅਸੀਂ ਪ੍ਰੋਫੈਸ਼ਨਲ ਹਾਂ, ਜਿਹਦੇ ਵਿੱਚ ਅਸੀਂ 10-12 ਸਾਲ ਦਾ ਤਜਰਬਾ ਰੱਖਦੇ ਹਾਂ ਔਰ ਕੁਛ ਨਾ ਕੁਛ ਗਾਈਡੈਂਸ ਦੇ ਸਕਦੇ ਹਾਂ। ਸੋ ਪ੍ਰੈਜ਼ੈਂਟ ਜਿਹੜੀ ਸਿਚੁਏਸ਼ਨ ਹੈ ਜੀ ਉਹਦੇ ਵਿੱਚ ਦੋ ਚੀਜ਼ਾਂ ਨੇ ਅੱਛੀਆਂ, ਪੋਜ਼ੀਟਿਵ, ਜਿਹੜੀਆਂ ਆਪਾਂ ਨੂੰ ਅੱਗੇ ਜਾ ਕੇ ਫਾਇਦਾ ਦੇਣਗੀਆਂ। ਸੋ ਸਭ ਤੋਂ ਇੰਪੋਰਟੈਂਟ ਪਹਿਲੀ ਚੀਜ਼ ਹੈ ਇਹਦੇ ਵਿੱਚ ਯਾਰਕਵਿਲੇ ਯੂਨੀਵਰਸਿਟੀ ਕੈਨੇਡਾ। ਸੋ ਬਹੁਤ ਸਾਰੇ ਬੱਚੇ ਉਹਨੂੰ ਜਾਣਦੇ ਹੋਣੇ ਆ, ਤੁਹਾਡੇ ਬਹੁਤ ਸਾਰੇ ਦੋਸਤ ਵੀ ਉੱਥੇ ਗਏ ਹੋਣਗੇ, ਰਿਸ਼ਤੇਦਾਰ ਗਏ ਹੋਣਗੇ। ਇਹਦੇ ਦੋ ਕੈਂਪਸ ਨੇ, ਇੱਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੈ, ਵੈਂਕੂਵਰ ਦੇ ਵਿੱਚ, ਔਰ 2nd ਮੇਨ ਕੈਂਪਸ ਹੈਗਾ ਇਹਦਾ ਓਨਟਾਰੀਓ, ਟੋਰਾਂਟੋ ਦੇ ਵਿੱਚ। ਸੋ ਇਹ ਦੋਨੋਂ ਕੈਂਪਸਿਸ ਦੇ ਵਿੱਚ ਤੁਸੀਂ ਪੜ੍ਹਨ ਜਾ ਸਕਦੇ ਹੋ। ਪ੍ਰੈਜ਼ੈਂਟਲੀ ਇਹ ਯੂਨੀਵਰਸਿਟੀ ਨੇ ਇੱਕ ਰਿਲੈਕਸੇਸ਼ਨ ਓਪਨ ਕੀਤਾ ਹੈ ਪੰਜਾਬ ਦੇ, ਇੰਡੀਆ ਦੇ ਬੱਚਿਆਂ ਲਈ ਜਾਂ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਕਿ ਤੁਸੀਂ ਇਹਨਾਂ ਯੂਨੀਵਰਸਿਟੀਜ਼ 'ਚ ਅਪਲਾਈ ਕਰ ਸਕਦੇ ਹੋ। ਤੁਹਾਨੂੰ ਕੰਡੀਸ਼ਨਲ ਆਫਰ ਲੈਟਰ ਮਿਲ ਸਕਦਾ ਹੈ ਵਿਦਆਊਟ IELTS। ਮਤਲਬ ਅਗਰ ਤੁਸੀਂ IELTS ਹਜੇ ਨਹੀਂ ਕੀਤਾ ਜਾਂ ਤੁਹਾਡਾ IELTS ਦਾ ਉਨਾ ਸਕੋਰ ਨਹੀਂ ਆਇਆ ਜਿੰਨਾ ਕਿ ਆਪਾਂ ਨੂੰ ਚਾਹੀਦਾ ਹੁੰਦਾ, ਜੋ ਕਿ ਕੈਨੇਡਾ ਲਈ ਆਪਾਂ ਨੂੰ 6 ਓਵਰਆਲ ਔਰ 5.5 ਇਨ 1 ਮੋਡਿਊਲ ਚਾਹੀਦਾ। ਬਟ ਅਗਰ ਤੁਹਾਡਾ ਇਹਦੇ ਤੋਂ ਘੱਟ ਵੀ ਹੈ ਜਾਂ IELTS ਨਹੀਂ ਗਾ ਫਿਲਹਾਲ, ਬਟ ਤੁਸੀਂ ਕੌਨਫੀਡੈਂਟ ਹੋ ਕਿ ਤੁਸੀਂ IELTS ਕਰ ਲੋਗੇ ਜਦੋਂ ਸਿਚੁਏਸ਼ਨਸ ਨੋਰਮਲ ਹੋਣਗੀਆਂ, ਤਾਂ ਤੁਸੀਂ ਆਪਣਾ ਕੰਡੀਸ਼ਨਲ ਆਫਰ ਲੈਟਰ ਇਸ ਯੂਨੀਵਰਸਿਟੀ ਤੋਂ ਲੈ ਕੇ ਰੱਖ ਸਕਦੇ ਹੋ। ਇਹ ਤੁਹਾਡਾ ਸਮਾਂ ਬਚਾਏਗਾ, ਕਿਉਂਕਿ ਜਦੋਂ ਵੀ ਇਹ ਸਿਚੁਏਸ਼ਨ ਖੁੱਲ੍ਹੇਗੀ, ਜਿਹਨੇ ਵੀ ਚਿਰਲੀ ਖੁੱਲ੍ਹੇਗੀ, ਉਹਦੇ ਵਿੱਚ ਤੁਸੀਂ ਬਹੁਤ ਫਾਸਟਲੀ ਆਪਣੇ ਆਪ ਨੂੰ ਪ੍ਰੋਸੀਡ ਕਰ ਸਕੋਗੇ, ਆਪਣੀ ਫਾਈਲਸ ਨੂੰ ਟਾਈਮ ਸਿਰ ਲਗਾ ਸਕੋਗੇ। ਕਿਉਂਕਿ ਜਦੋਂ ਵੀ ਸਿਚੁਏਸ਼ਨ ਨੋਰਮਲ ਹੋਣੀ ਹੈ, ਜਿੰਨਾ ਚਿਰ ਵੀ ਇਹ ਬੰਦ ਰਹੇਗਾ, ਡੈਫੀਨੇਟਲੀ ਇੱਕ ਕਰੇਜ਼, ਇੱਕ ਆਊਟਕਮ ਜਿਹੜਾ ਹੈ ਜੀ ਇਹਦਾ ਬਹੁਤ ਭਿਆਨਕ ਰਹਿਣ ਵਾਲਾ ਹੈ। ਬਹੁਤ ਜ਼ਿਆਦਾ ਰਸ਼ ਉਸ ਟਾਈਮ 'ਤੇ ਹੋਊਗਾ। ਸੋ ਜੇ ਤੁਸੀਂ ਅੱਜ ਆਪਣੀ ਆਫਰ ਲੈਟਰਸ ਨੂੰ ਸਿਕਿਓਰ ਕਰਦੇ ਆ ਤਾਂ ਤੁਹਾਡਾ ਜਿਹੜਾ ਪ੍ਰੋਸੈਸ ਹੈ ਉਹ ਕਾਫੀ ਸ਼ਾਰਟ ਹੋ ਜਾਂਦਾ। ਸੋ ਦੈਟ ਇਜ਼ ਅ ਵਨ ਗੁੱਡ ਥਿੰਗ ਕਿ ਜਿਹੜੇ ਬੱਚੇ ਆਪਣੇ ਆਪ ਨੂੰ ਕਿਊ ਅਪ ਕਰਨਾ ਚਾਹੁੰਦੇ ਆ ਉਹਨਾਂ ਲਈ ਇਹ ਰਾਈਟ ਸਮਾਂ ਆ। ਬਿਕੋਜ਼ ਦੁਨੀਆ ਰੁਕੀ ਨਹੀਂ ਗੀ, ਦੁਨੀਆ ਘਰੋਂ ਕੰਮ ਕਰ ਰਹੀ ਹੈ। ਵਰਕ ਐਟ ਹੋਮ, ਤੁਸੀਂ ਇੱਕ ਬੜਾ ਚਰਚਿਤ ਸ਼ਬਦ ਸੁਣਿਆ ਹੋਣਾ ਅਲੱਗ-ਅਲੱਗ ਨਿਊਜ਼ ਦੇ ਵਿੱਚ, ਅਲੱਗ-ਅਲੱਗ ਚੈਨਲਾਂ ਦੇ ਉੱਤੇ। ਸੋ ਸੇਮ ਸਿਚੁਏਸ਼ਨ ਹੈ ਜੀ। ਇਹ ਸ਼ੋਅ ਵੀ ਜਿਹੜਾ ਤੁਹਾਨੂੰ ਮੈਂ ਦੇ ਰਿਹਾ ਇਹ ਵੀ ਵਰਕ ਐਟ ਹੋਮ ਹੈ। ਤੁਸੀਂ ਦੇਖ ਰਹੇ ਹੋ ਮੈਂ ਘਰੇ ਬੈਠਾ ਹੀ ਇਹ ਸ਼ੋਅ ਤੁਹਾਡੇ ਲਈ ਕ੍ਰੀਏਟ ਕਰ ਰਿਹਾ। ਇਹ ਕੰਟੈਂਟ ਰੈਗੂਲਰ ਤੁਹਾਨੂੰ ਆਉਂਦੇ ਰਹਿਣਗੇ ਜਿੱਦਾਂ ਜਿੱਦਾਂ ਕੋਈ ਵੀ ਚੇਂਜਿਸ ਜਾਂ ਅਪਡੇਟ ਇੱਥੇ ਜਾਂ ਹੋਰ ਡੈਸਟੀਨੇਸ਼ਨ ਜਗ੍ਹਾ 'ਤੇ ਆਉਂਦੀਆਂ ਰਹਿਣਗੀਆਂ। ਸੋ ਹਮੇਸ਼ਾ ਦਿੰਦੇ ਰਹਾਂਗੇ। और सैकेंड इंपॉर्टेंट चीज़ असी करन जा रहे हैं जो ब्रॉडवे इमीग्रेशन करन जा रही है कि असी ऐसे नैगेटिव माहौल च ना तुसी ज़्यादा चिर रहना चाहोगे ना मैं रहना चाहूँगा। सो असी चाहते हैं इस माहौल नू अपने माहौल नू पॉजिटिव बनाना कि घर च 12 घंटे बैठ के असी खा पी के और सौं के भी टाइम कट सकते हैं और असी कुछ ना कुछ जिहड़ा नॉलेज है जिहड़ा एक्सपीरियंस है जिहड़ा तजर्बा है वो तुहाडे वर्गे दोस्तां नाल शेयर करके भी कट सकते हैं। सो दैट इज़ अ रीज़न कि ब्रॉडवे इमीग्रेशन ने लॉन्च किया जी ब्रॉडवे ऑनलाइन सर्विसिज। सो जिहदा तुसी बेनीफिट हुण लै सकते हो। तुसी इहदे लई सिंपल साडी वैबसाइट ते जाना है broadwayvisa.com broadwayvisa.com नीचे नाम लिखिया तुसी देख रहे हो। वैबसाइट ते जाके उत्थे एक फॉर्म है छोटा जिहा उहनूं तुसी भरोगे जिहदे नाल तुसी एक वीडियो काउंसलिंग दी अपॉइंटमेंट साडे नाल बुक कर सकोगे जिहदे विच मैं या मेरी टीम दे जिहड़े सीनियर मैंबर्स ने वो तुहाडे नाल 1-to-1 वीडियो कॉन्फ्रेंस करनगे, मतलब एक वीडियो कॉलिंग करनगे चाहे वो स्काइप के थ्रू होवे व्हाट्सएप ते होवे। सो जिद्दां भी चीज़ां तुहाडे कोल अवेलेबल होणगियां फैसिलिटीज़ होणगियां उस हिसाब नाल असीं उहनूं मैनेज करांगे। तुसीं वो फॉर्म भर के उहदे विच अपना डेट और टाइम सिलेक्ट कर सकदे हो कि तुसीं किस टाइम ते वो कॉल चाहुंदे हो और तुसीं अपने परिवार नाल बैठ के जो भी इन्फॉर्मेशन जो भी डाउट्स है जो भी क्वेश्चनस है अपने भविख नूं लैके स्टडी अब्रॉड नूं लैके वो सारे डाउट्स तुसीं साडे नाल क्लीयर कर सकदे हो। सो नवे अपडेट्स के नाल कोशिश रहूगी कि मैं लगातार ए शोज़ बनाता रहांगा और तुहाडे विच आंदा रहांगा। अज दे लई सत श्री अकाल।